ਸਤਿ ਸ਼੍ਰੀ ਅਕਾਲ ਦੋਸਤੋ, ਹਨੀ ਵਾਲੀਆ ਸ਼ੋਅਜ਼ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਆਪਾਂ ਗੱਲਬਾਤ ਕਰਾਂਗੇ। ਤੁਹਾਨੂੰ ਪਤਾ ਹੈ ਕਿ ਸਾਡੇ ਨਾ ਸ਼ੋਅਜ਼ ਦੇ ਰਾਹੀਂ ਅਸੀਂ ਅਲੱਗ ਅਲੱਗ ਟੋਪਿਕਸ ਦੇ ਉੱਤੇ ਗੱਲਬਾਤ ਕਰਦੇ ਹਾਂ। ਅੱਜ ਕੱਲ੍ਹ ਥੋੜ੍ਹਾ ਜਿਹਾ ਜਿਹੜਾ ਹੈਗਾ ਮਾਹੌਲ ਆਪਾਂ ਦੇਖਦੇ ਹਾਂ ਕਿ ਇਲੈਕਸ਼ਨਸ ਦੇ ਉੱਤੇ ਆਇਆ ਹੋਇਆ, ਖਾਸ ਕਰਕੇ ਫੈਡਰਲ ਗੌਰਮੈਂਟ ਦਾ ਜਿਹੜਾ ਸੀਗਾ ਇੱਕ ਦਫਾ ਥੋੜ੍ਹੇ ਜਿਹੇ ਹੁਣ ਲੋਕ ਰਿਲੈਕਸ ਹੋਏ ਨੇ। ਫੈਡਰਲ ਗੌਰਮੈਂਟ ਨੇ ਇੱਕਦਮ ਜਿਹੜੇ ਇਲੈਕਸ਼ਨ ਅਨਾਊਂਸ ਕੀਤੇ ਸੀਗੇ ਉੱਥੋਂ ਹੁਣ ਫ੍ਰੀ ਹੋ ਕੇ ਹੁਣ ਜਿਹੜੇ ਹੈਗੇ ਨੇ, ਆਪਾਂ ਐਲਬਰਟਾ ਦੀ ਗੱਲ ਕਰੀਏ, ਐਡਮਿੰਟਨ ਦੀ ਗੱਲ ਕਰੀਏ, ਇੱਥੇ ਆਪਾਂ ਦੇਖਦੇ ਹਾਂ ਵੀ ਹੈ ਨਾ ਸਿਟੀ ਕਾਊਂਸਲਰਸ ਨੂੰ ਲੈ ਕੇ ਗੱਲ ਕਰਦੇ ਹਾਂ ਤਾਂ ਉੱਥੇ ਅਲੱਗ ਅਲੱਗ ਜਿਹੜੇ ਹੈਗੇ ਕਾਊਂਸਲ ਤੋਂ ਕਾਫੀ ਜਿਹੜੇ ਮੈਂਬਰਸ ਖੜੇ ਨੇ, ਉਹਦੇ ਨਾਲ ਨਾਲ ਹੀ ਜਿਹੜਾ ਐਡਮਿੰਟਨ ਦੇ ਨਾਲ ਹੀ ਬੂਮੌਂਟ ਦੀ ਗੱਲ ਕਰੀਏ ਤਾਂ ਬੂਮੌਂਟ ਦੇ ਵਿੱਚ ਵੀ ਜਿਹੜੀ ਇਲੈਕਸ਼ਨਸ ਦਾ ਪੂਰਾ ਜਿਹੜਾ ਹੈਗਾ ਮਾਹੌਲ ਗਰਮਾਇਆ ਹੋਇਆ। ਅਤੇ ਉੱਥੇ ਸਾਡੇ ਨਾਲ ਅੱਜ ਮੈਂ ਇਨਵਾਈਟ ਕਰਨਾ ਚਾਹੁੰਦਾ ਸਾਡੇ ਨਾਲ ਨੇ ਮਿਸਟਰ ਨੈਮ ਕੁਲਾਰ ਜੀ, ਜਿਹੜਾ ਕਿ ਇੱਕ ਰੀਐਲਟਰ ਦੇ ਤੌਰ 'ਤੇ ਹਰ ਇੱਕ ਬੰਦਾ ਜਾਣਦਾ। ਨੈਮ ਭਾਜੀ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ, ਥੈਂਕ ਯੂ ਸੋ ਮਚ ਫੋਰ ਹੈਵਿੰਗ ਮੀ। ਅਤੇ ਸਾਡੇ ਨਾਲ ਬਹੁਤ ਦੇਰ ਤੋਂ ਜੁੜੇ ਵੀ ਹੋਏ ਨੇ, ਬਹੁਤ ਸਾਰੇ ਲੋਕ ਜਾਣਦੇ ਨੇ। ਅਤੇ ਹੁਣ ਇਹ ਬੂਮੌਂਟ ਦੇ ਵਿੱਚ ਕਾਊਂਸਲਰ ਦੇ ਲਈ ਜਿਹੜੀ ਹੈਗੀ ਹੈ ਆਪਣੀ ਸੀਟ ਦੇ ਲਈ ਉੱਥੇ ਜਿਹੜੀ ਹੈਗੀ ਇਲੈਕਸ਼ਨ ਦੇ ਵਿੱਚ ਖੜੇ ਹੈ, ਤਾਂ ਭਾਜੀ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਹੈ ਨਾ। ਥੈਂਕ ਯੂ। ਤੁਸੀਂ ਕਾਊਂਸਲਰ ਦੀ ਸੀਟ ਦੇ ਲਈ ਖੜੇ ਹੋ, ਅਤੇ ਮੈਂ ਅੱਜ ਕੱਲ੍ਹ ਦੇਖ ਰਿਹਾ ਸਰ ਵੀ ਕਾਫੀ ਨਵੇਂ ਫੇਸ ਜਿਹੜੇ ਹੈਗੇ ਨੇ, ਅਗਰ ਇਹਦੀ ਗੱਲ ਕਰੀਏ ਆਪਾਂ, ਪੋਲੀਟਿਕਸ ਹੀ ਹੁੰਦੀ ਹੈ ਵੀ ਇਹ ਪੋਲੀਟਿਕਸ 'ਚ ਆ ਰਹੇ ਨੇ। ਠੀਕ ਹੈ ਜੀ, ਹਰ ਇੱਕ ਬੰਦਾ ਇੱਥੇ ਆਪਣੇ ਆਪ 'ਚ ਬਿਜ਼ੀ ਬਹੁਤ ਹੈ। ਬਿਲਕੁਲ ਜੀ, ਤੁਸੀਂ ਇੱਕ ਬਿਜ਼ੀ ਇੱਕ ਸ਼ਖਸ ਹੋਣ ਦੇ ਨਾਤੇ ਹੈ ਨਾ ਰੀਅਲ ਸਟੇਟ ਦੇ ਵਿੱਚ ਵੀ ਹੈਗੇ ਹੋ, ਅਤੇ ਹੁਣ ਤੁਸੀਂ ਕਾਊਂਸਲਰ ਦੇ ਲਈ ਵੀ ਹੈ ਨਾ ਇਲੈਕਸ਼ਨ ਦੇ ਵਿੱਚ ਆ ਰਹੇ ਹੋ, ਬਹੁਤ ਸਾਰੇ ਲੋਕ ਨੇ, ਤੁਹਾਡੀ ਕੀ ਸੋਚ ਹੈ ਵੀ ਤੁਸੀਂ ਕਿਉਂ, ਜਿਵੇਂ ਕਹਿੰਦੇ ਨਾ ਵੀ ਤੁਸੀਂ ਕਿਉਂ ਪੰਗਾ ਲਿੱਤਾ ਇਹ, ਹਨਾ ਜਿਹੜੀ ਆਪਣੀ ਪੰਗਾ ਆਪਣੀ ਪਰਸਨਲ ਗੱਲ ਦੱਸੀ ਲੈਂ ਜਾਂ। ਹਾਂਜੀ, ਪੰਗਾ ਤਾਂ ਅਸੀਂ ਹਨੀ ਭਾਜੀ ਦੇਖੋ ਆਪਣੀ, ਮੈਂ ਪੋਲੀਟੀਕਲ ਵਰਲਡ ਤੋਂ ਥੋੜਾ ਜਿਹਾ ਚੱਲਦਾ, ਆਈ ਡੋਂਟ ਵਾਂਟ ਟੂ ਬੀ ਐਸੋਸੀਏਟਡ ਐਜ਼ ਅ ਪੋਲੀਟੀਸ਼ੀਅਨ ਐਜ਼ ਬੀਇੰਗ ਇਨਵੋਲਵਡ ਇਨ ਪੋਲੀਟਿਕਸ। ਚਲੋ, ਉਹ ਮੇਰੀ ਥੋੜੀ ਜਿਹੀ ਸੋਚ ਹੈ। ਇੱਧਰ ਆਉਣ ਦਾ ਮਕਸਦ ਇਹ ਸੀ, ਤੁਹਾਨੂੰ ਪਤਾ ਅੱਗੇ ਵੀ ਆਪਣੀ ਗੱਲ ਹੋਈ ਆ ਪ੍ਰਾਈਵੇਟਲੀ, ਜਾਂ ਆਪਾਂ ਅੱਗੇ ਵੀ ਸ਼ੋਅ 'ਤੇ ਗੱਲ ਹੁੰਦੇ ਨੇ ਜਾਂ ਉਦਾਂ ਪਰਸਨਲ ਆਪਾਂ ਮਿਲਦੇ ਰਹਿੰਦੇ ਹਾਂ। ਜੀ, ਮੇਰਾ ਕੀ ਆ ਜੀ, ਮੈਂ ਬਹੁਤ ਇੱਕ ਹੈਗਾ ਵਾਂ ਬਈ ਸੋਸਾਇਟੀ ਨੂੰ ਗਿਵ ਬੈਕ ਕਰਨ ਵਾਲਾ, ਵੀ ਆਪਾਂ ਕਮਿਊਨਿਟੀ ਨੂੰ ਵਾਲੰਟੀਅਰ ਵਰਕ ਕਰਨਾ ਕਿਤੇ ਨਾ ਕਿਤੇ, ਕਿਉਂਕਿ ਜ਼ਿੰਦਗੀ ਦੇ ਵਿੱਚ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਹਰ ਇੱਕ ਬੰਦਾ ਬਿਜ਼ੀ ਆ। ਉੱਦਾਂ ਆਪਾਂ ਗੱਲਾਂ ਕਰੀਦੀਆਂ ਨੇ, ਟਾਈਮ ਸਭ ਤੋਂ ਜ਼ਿਆਦਾ ਕੀਮਤੀ ਹੈ। ਕਿਸੇ ਚੀਜ਼ ਨੂੰ ਟਾਈਮ ਦੇਣਾ, ਉਹ ਵੀ ਫ੍ਰੀ ਦੇ ਵਿੱਚ, ਚਾਹੇ ਆਪਾਂ ਵਾਲੰਟੀਅਰ ਵਰਕ ਕਰ ਰਹੇ ਹਾਂ, ਕਮਿਊਨਿਟੀ ਸਰਵਿਸ ਕਰ ਰਹੇ ਹਾਂ, ਜਾਂ ਸੌਕਰ ਕੋਚ ਕਰ ਰਹੇ ਹਾਂ, ਕੁਛ ਵੀ ਕਰ ਰਹੇ ਹਾਂ, ਉਹ ਬਹੁਤ ਜ਼ਰੂਰੀ ਹੈ ਜੀ। ਸੋ ਮੈਨੂੰ ਕਿਤੇ ਨਾ ਕਿਤੇ ਸੀ ਵੀ ਮੈਂ ਸਰਵਿਸ ਕਰਦਾ ਆ ਰਿਹਾ, ਮੰਨ ਲਓ ਇਨ ਟਰਮਸ ਆਫ ਵਾਲੰਟੀਅਰ ਵਰਕ ਜਾਂ ਕਮਿਊਨਿਟੀ ਸਰਵਿਸ, ਬਈ ਉਹ ਕਿਤੇ ਬੈਕ ਕਮਿਊਨਿਟੀ ਨੂੰ ਦੇਈਏ। ਸੋ ਮੈਨੂੰ ਆਪਦੇ, ਜਿਵੇਂ ਕਹਿੰਦੇ ਵੀ ਜੋ ਫਰੈਂਡ ਸਰਕਲ ਸੀ ਜਾਂ ਕਮਿਊਨਿਟੀ ਦੇ ਵਿੱਚ ਵਿਚਰਦੇ ਸੀ ਐਸੋਸੀਏਸ਼ਨ ਦੇ ਵਿੱਚ, ਸੌਕਰ ਦੇ ਵਿੱਚ, ਉਹ ਕਿਤੇ ਨਾ ਕਿਤੇ ਹੰਗਾਰਾ ਮਿਲਿਆ ਵੀ ਮੈਮ ਆਪਾਂ ਕੁਛ ਚੀਜ਼ਾਂ ਹੋਰ ਵੀ ਵਧੀਆ ਕਰ ਸਕਦੇ ਹੈਗੇ ਹਾਂ ਜੇ ਆਪਾਂ ਥੋੜ੍ਹਾ ਜਿਹਾ ਇਹਨੂੰ ਸਰਵਿਸ ਲੈਵਲ ਵਧਾ ਦਈਏ। ਓਕੇ, ਸੋ ਮੈਂ ਤਾਂ ਹੀ ਕਹਿ ਰਿਹਾ ਸੀ, ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਪੋਲੀਟੀਕਲੀ ਇਨਵੋਲਵ ਹਾਂ, ਕਿਉਂਕਿ ਜਿਹੜੀ ਕਾਊਂਸਲਰ ਦੀ ਜੋਬ ਆ ਇਟਸ ਮੋਰ ਆਫ ਅ ਸਰਵਿਸ ਰਾਈਟ ਐਜ਼ ਕੰਪੇਅਰ ਟੂ, ਜਿਵੇਂ ਕਹਿੰਦੇ ਪੋਲੀਟੀਕਲ ਪਾਰਟੀਜ਼ ਦੇ ਨਾਲ ਤੁਹਾਨੂੰ ਅਲਾਈਨ ਹੋਣਾ ਪੈਂਦਾ, ਉਹਨਾਂ ਦੇ ਮੱਦੇ ਨਜ਼ਰ ਉਹਨਾਂ ਨੂੰ ਤੁਹਾਨੂੰ ਚੱਲਣਾ ਪੈਂਦਾ। ਦਿਸ ਇਜ਼ ਮੋਰ ਆਫ ਅ ਡਾਇਰੈਕਟ ਸਰਵਿਸ ਦੈਟ ਯੂ ਕੈਨ ਪ੍ਰੋਵਾਈਡ। ਅਤੇ ਬੋਮਾਂਡ ਦੇ ਵਿੱਚ ਦੂਜੀ ਇੱਕ ਗੱਲ ਆਪਾਂ ਦੱਸ ਦਈਏ ਵੀ ਜਿਹੜੇ ਕਾਊਂਸਲਰਸ ਦੀ ਜੋਬ ਆ ਉਹ ਹੈਗੀ ਆ ਪਾਰਟ ਟਾਈਮ। ਓਕੇ, ਉੱਥੇ 6 ਕਾਊਂਸਲਰਸ ਚੂਜ਼ ਹੋਣੇ ਨੇ, ਉਹਨਾਂ ਦੀ ਜੋਬ ਹੈਗੀ ਆ ਪਾਰਟ ਟਾਈਮ। ਮੇਅਰ ਇਜ਼ ਦੀ ਓਨਲੀ 1%, ਜਿਹੜਾ 7ਵਾਂ ਮੇਅਰ ਹੋਏਗਾ, ਮੇਅਰ ਦੀ ਵੋਟ ਇਲੈਕਸ਼ਨ ਅਲੱਗ ਹੋਣੀ ਆ, ਹੋਣੀ ਸੇਮ ਡੇ ਆ, ਉਹ ਫੁੱਲ ਟਾਈਮ ਹੈਗੀ ਆ। ਸੋ ਹਾਂ, ਅਲੋਂਗ ਵਿਦ ਜਿਵੇਂ ਕਹਿੰਦੇ ਵੀ ਆਪਣੇ ਬਿਜ਼ਨਸ, ਆਪਣੇ ਫੈਮਿਲੀ ਰੁਝੇਵਿਆਂ ਨੂੰ, ਆਪਣੇ ਜਿਹੜਾ ਦੂਜਾ ਵਾਲੰਟੀਅਰ ਵਰਕ ਆ, ਸੌਕਰ ਕੋਚਿੰਗ ਕਰਨਾ, ਉਹ ਵੀ ਮੈਂ ਜਾਰੀ ਰੱਖਾਂਗਾ, ਕਰਦੇ ਆ ਰਿਹਾ ਪਿਛਲੇ 10 ਸਾਲਾਂ ਤੋਂ, ਉਹ ਵੀ ਮੈਂ ਜਾਰੀ ਰੱਖਾਂਗਾ। ਅਤੇ ਹੋ ਸਕਦਾ ਵੀ ਮੇਰੀ ਜੋ ਐਕਸਪੀਰੀਅੰਸ ਆ, ਜੋ ਨੌਲੇਜ ਆ, ਜੋ ਕਿੱਤੇ ਦੇ ਵਿੱਚ ਸਿੱਖਿਆ ਪੜ੍ਹਿਆ ਲਿਖਿਆ, ਉਹ ਮੈਂ ਐਕਸਪੀਰੀਅੰਸ ਕਹਾਂ ਸਿਟੀ ਦੇ ਵਿੱਚ ਕਾਊਂਸਲ ਨਾਲ ਰਲ ਕੇ ਉਸ ਸਿਟੀ ਨੂੰ ਕੁਛ ਸਰਵਿਸਿਜ਼ ਜਾਂ ਰੈਜ਼ੀਡੈਂਟਸ ਨੂੰ ਕੁਛ ਵਧੀਆ ਦੇ ਸਕੀਏ। ਬਿਲਕੁਲ, ਕਿਉਂਕਿ ਸੋਸ਼ਲ ਆਪਾਂ ਕਰਦੇ ਹਾਂ ਵੀ ਸੋਸ਼ਲ ਸਰਵਿਸ ਦੇ ਵਿੱਚ ਜਾਂ ਹੋਰ ਕਾਫੀ ਕਮਿਊਨਿਟੀ ਸਰਵਿਸਿਜ਼ ਦੇ ਵਿੱਚ ਨੈਮ ਭਾਜੀ ਹਮੇਸ਼ਾ ਰਹੇ ਨੇ, ਵਾਚੜ ਕੇ ਇਹਨਾਂ ਨੇ ਹਿੱਸਾ ਪਾਇਆ। ਕੋਈ ਵੀ ਪ੍ਰੋਟੈਸਟ ਦੀ ਗੱਲ ਕਰ ਲਈਏ, ਕੋਈ ਵੀ ਲੋਕਾਂ ਦੇ ਹੱਕ ਦੀ ਗੱਲ ਕਰ ਲਈਏ, ਉੱਥੇ ਇਹ ਹਮੇਸ਼ਾ ਖੜੇ ਨੇ। ਅਤੇ ਇਹ ਵੀ ਵਧੀਆ ਗੱਲ ਮੈਨੂੰ ਲੱਗੀ ਹੈ ਕਿ ਹਰ ਇੱਕ ਬੰਦਾ ਕਹਿੰਦਾ ਵੀ ਮੈਂ ਐਂ ਕੀਤਾ ਸੀਗਾ ਵੀ ਮੈਂ ਆ ਚਾਹੁੰਦਾ ਸੀ ਬਣਨਾ, ਮੈਂ ਆ ਕਰਨਾ ਚਾਹੁੰਦਾ ਸੀ, ਲੇਕਿਨ ਤੁਹਾਡੇ ਅਗਰ ਆਪਾਂ ਨਜ਼ਰੀਏ ਦੇ ਨਾਲ ਦੇਖੀਏ ਵੀ ਤੁਹਾਨੂੰ ਲੋਕਾਂ ਨੇ ਕਿਹਾ ਵੀ ਤੁਸੀਂ ਆਓ ਤਾਂ ਕਿ ਅਸੀਂ ਤੁਹਾਡੇ ਤੋਂ ਵਧੀਆ ਸਰਵਿਸਿਜ਼ ਲੈ ਸਕੀਏ। ਮੈਂ ਆਪਾਂ ਕਿੰਨੀ ਵਾਰੀ ਗੱਲ ਹੋਈ ਆ ਆਪਣੀ, ਆਪਾਂ ਮੁੱਦਿਆਂ ਤੇ ਬੈਠ ਕੇ ਡਿਸਕਸ਼ਨ ਕੀਤੀਆਂ ਨੇ ਟੌਪਿਕਸ ਤੇ ਬੈਠ ਕੇ, ਉਹਦੇ ਵਿੱਚ ਮੈਂ ਹਮੇਸ਼ਾ ਇਨਕਰੇਜ ਕਰਦਾ ਰਿਹਾ ਵੀ ਅੱਗੇ ਆਉਣਾ ਚਾਹੀਦਾ ਯੰਗ ਬੰਦਿਆਂ ਨੂੰ, ਪੜ੍ਹੇ ਲਿਖਿਆਂ ਨੂੰ, ਲੇਡੀਜ਼ ਨੂੰ, ਗਰਲਸ ਨੂੰ, ਅੱਗੇ ਆ ਕੇ ਕੁਛ ਚੇਂਜਸ ਲਿਆਉਣੀਆਂ ਚਾਹੀਦੀਆਂ, ਸੋਸਾਇਟੀ ਨੂੰ ਟਾਈਮ ਦੇਣਾ ਚਾਹੀਦਾ, ਕਮਿਊਨਿਟੀ ਨੂੰ ਜਿਵੇਂ ਕਹਿੰਦੇ ਉਹ ਕੰਮ ਦੇਣਾ ਚਾਹੀਦਾ। ਫਿਰ ਕਿਤੇ ਨਾ ਕਿਤੇ ਜਿਵੇਂ ਕਹਿੰਦੇ ਵੀ ਕਿਹਾ ਲੋਕਾਂ ਨੇ ਵੀ ਮੈਮ ਜਦੋਂ ਤੁਸੀਂ ਬੋਲ ਰਹੇ ਹੋ, ਕਰ ਰਹੇ ਹੋ, ਤੁਹਾਨੂੰ ਤੁਸੀਂ ਕਿਉਂ ਨਹੀਂ, ਤੁਸੀਂ ਲੋਕਾਂ ਨੂੰ ਇਨਕਰੇਜ, ਤੁਸੀਂ ਬਣੋ, ਅਸੀਂ ਤੁਹਾਡੇ ਨਾਲ ਅਸੀਂ। ਹਾਂ, ਸੋ ਫਿਰ ਮੈਂ ਵੀ ਸੋਚਿਆ
ਮੈਂ ਕਿਹਾ ਵੀ ਮੈਂ ਜੇ ਇਨਕਰੇਜ ਕਰ ਰਿਹਾ, ਮੈਂ ਵੀ ਇੱਕ ਉਸੇ ਪੜਾਅ ਉਸੇ ਜ਼ਿੰਦਗੀ ਦੇ ਵਿੱਚੋਂ ਲੰਘ ਰਿਹਾ, ਚਲੋ ਇੰਨੇ ਯੰਗ ਤਾਂ ਨਹੀਂ ਰਹੇ ਪਰ ਫਿਰ ਵੀ ਯੰਗ ਕਿਤੇ ਨਾ ਕਿਤੇ ਹੈ, ਐਕਟਿਵ ਹਾਂ। ਉਹ ਕਹਿੰਦੇ ਫਿਰ ਤੁਸੀਂ ਕਿਉਂ ਨਹੀਂ, ਫਿਰ ਸੋਚਿਆ ਵੀ ਹਾਂ ਜੇ ਟਾਈਮ ਦੇ ਸਕਦੇ ਹਾਂ ਆਪਾਂ ਇਹਨਾਂ ਆਪਦੀ ਆਵਾਜ਼ ਉੱਥੇ ਲਿਜਾ ਸਕਦੇ ਹਾਂ, ਫਿਰ ਕਿਉਂ ਨਹੀਂ, ਫਿਰ ਦੈਨ ਵਾਈ ਨਾਟ ਡੂ ਇਟ। ਸੋ ਤਾਂ ਕਰਕੇ ਮਨ ਬਣਾ ਕੇ ਥੋੜ੍ਹਾ ਜਿਹਾ ਕੋਸ਼ਿਸ਼ ਕਰ ਰਹੇ ਹਾਂ ਵੀ ਚਲੋ ਇਹ ਸਰਵਿਸ ਕਰ ਸਕੀਏ, ਤਾਂ ਦੋਸਤੋ ਇਹ ਸਰ 4 ਤਰੀਕ ਤੋਂ ਸਟਾਰਟ ਹੋ ਜਾਣੀ ਹੈ ਇਲੈਕਸ਼ਨ ਤੋਂ। ਹਾਂ, ਐਡਮਿੰਟਨ ਦੇ ਵਿੱਚ ਜਿਹੜੀ ਐਡਵਾਂਸ ਪੋਲਿੰਗ ਹੈ ਉਹ 4 ਤਰੀਕ ਤੋਂ ਸ਼ੁਰੂ ਹੋ ਜਾਣੀ ਹੈ। ਓਕੇ, ਅਲੱਗ ਅਲੱਗ ਪੋਲਿੰਗ ਸਟੇਸ਼ਨ ਨੇ, ਅਲੱਗ ਅਲੱਗ ਵਾਰਡਸ ਨੇ। ਬੋਮਾਂਟ ਦੇ ਵਿੱਚ ਮਿਊਨਿਸਪਲ ਜਿਹੜੀ ਉਹ ਅਲੱਗ ਬਾਇਲੋਜ਼ ਨੇ, ਉੱਥੇ ਐਡਵਾਂਸ ਪੋਲਿੰਗ ਸ਼ੁਰੂ ਹੋਣੀ ਹੈ 7 ਤਰੀਕ ਤੋਂ 8 ਤਰੀਕ ਨੂੰ, ਫਿਰ 13, 14 ਤੇ ਫਿਰ 16 ਤਰੀਕ ਦਾ ਸੈਟਰਡੇ ਆਉਂਦਾ, ਫਿਰ 16 ਤਰੀਕ ਨੂੰ। ਸੋ ਬੜੇ ਧਿਆਨ ਨਾਲ ਉਹਨਾਂ ਨੇ ਰੱਖਿਆ ਵੀ ਵੀਕਐਂਡ ਟਾਈਮ ਵੀ ਆ ਜਾਵੇ, ਮਾਰਨਿੰਗ ਟਾਈਮਸ ਵੀ, ਈਵਨਿੰਗ ਵਾਲੇ ਟਾਈਮਸ ਵੀ, ਤੇ ਫਿਰ ਓਬਵੀਅਸਲੀ 18 ਤਰੀਕ ਨੂੰ ਜਿਹੜੀਆਂ ਫਾਈਨਲ ਵੋਟਾਂ ਨੇ, 3rd ਮੰਡੇ ਆਫ ਐਵਰੀ ਅਕਟੋਬਰ ਇਨ 4 ਈਅਰਸ, ਉਹ ਥਰੂ ਆਊਟ ਅਲਬਰਟਾ ਸਾਰੇ ਸੇਮ ਹੈਗੇ, ਸਾਰੇ ਸੇਮ ਹੈਗੇ। ਬੋਮਾਂਟ ਦੇ ਵਿੱਚ ਇੱਕੋ ਹੀ ਇੱਕ ਪੋਲਿੰਗ ਸਟੇਸ਼ਨ ਹੈ, ਉਹ ਹੈਗਾ ਬੋਮਾਂਟ ਕਮਿਊਨਿਟੀ ਸੈਂਟਰ ਦੇ ਵਿੱਚ। ਰਾਈਟ, ਹਾਂਜੀ। ਤਾਂ ਦੋਸਤੋ ਤੁਸੀਂ ਇਹ ਡੇਟਸ ਵੀ ਯਾਦ ਰੱਖ ਲਓ, ਕਿਉਂਕਿ ਥੋੜ੍ਹੀ ਜਿਹੀ ਕਨਫਿਊਜ਼ਨ, ਬੜੀ ਬੜੇ ਲੋਕਾਂ ਨੂੰ ਕਨਫਿਊਜ਼ਨ ਸੀਗੀ ਮੇਅਰ ਦੀ, ਹੈ ਨਾ, ਉਹਦੇ 'ਤੇ ਲੈ ਗਏ ਫੈਡਰਲ ਇਲੈਕਸ਼ਨਸ ਨੂੰ ਲੈ ਕੇ, ਫਿਰ ਐਡਮਿੰਟਨ ਅਤੇ ਬੂਮਾਂਟ ਦੀ ਗੱਲ ਕਰ ਲਈਏ, ਇਹਨਾਂ 'ਤੇ ਵੀ ਜਿੱਦਾਂ ਇਹਨਾਂ ਨੇ ਦੱਸਿਆ ਕਿ ਬਾਇਲਾਜ਼ ਅਲੱਗ ਅਲੱਗ ਨੇ, ਡੇਟਸ ਵੀ ਅਲੱਗ ਅਲੱਗ ਨੇ, ਵੀ ਤੁਸੀਂ ਵੋਟਿੰਗ ਜਦੋਂ ਵੀ ਤੁਹਾਡੇ ਕੋਲ ਟਾਈਮ ਹੈਗਾ ਤਾਂ ਤੁਸੀਂ ਹੁਣੇ ਸਕੈਜੂਅਲ ਜਿਹੜਾ ਹੈਗਾ ਆਪਣਾ ਬਣਾ ਸਕਦੇ ਹੋ, ਸਰਚ ਕਰਕੇ ਤੁਹਾਨੂੰ ਲੱਗਦਾ ਵੀ ਹਾਂ ਉਦੋਂ ਤੁਸੀਂ ਵੋਟ ਕਰਨੀ ਹੈ। ਇੱਕ ਸੋਚ ਸਮਝ ਕੇ ਸਾਨੂੰ ਵੋਟ ਕਰਨੀ ਚਾਹੀਦੀ ਹੈ, ਕਿਉਂਕਿ ਜਦੋਂ ਵੋਟਿੰਗ ਦਾ ਹੱਕ ਹੁੰਦਾ ਦੁਨੀਆਂ ਦੇ ਵਿੱਚ ਹਰ ਇੱਕ ਕੰਟਰੀ ਆ, ਹਰ ਇੱਕ ਵੋਟਰ ਦੇ ਲਈ ਇਹੀ ਕਿਹਾ ਜਾਂਦਾ ਵੀ ਤੁਸੀਂ ਅਗਰ ਵੋਟਿੰਗ ਕਰਦੇ ਹੋ ਤਾਂ ਸੋਚ ਸਮਝ ਕੇ ਕਰੋ ਕਿ ਕੀ ਉਹ ਸਾਡੇ ਹੱਕ ਦੇ ਲਈ ਲੜ ਸਕਦਾ, ਕੀ ਸਾਡੇ ਲਈ ਕੀ ਫਾਇਦਾ ਕਰ ਸਕਦਾ। ਹਾਂ, ਇਹ ਚੀਜ਼ ਹੋਣੀ ਚਾਹੀਦੀ, ਸਿਰਫ ਮੇਰੇ ਲਈ ਨਹੀਂ ਗੱਲ ਹੁੰਦੀ ਹੈ ਵੀ ਸਾਡੇ ਏਰੀਏ ਦੇ ਲਈ, ਸਾਡੀ ਕਮਿਊਨਿਟੀ ਦੇ ਲਈ, ਜਿੱਥੇ ਸਾਡੇ ਬੱਚੇ ਸਕੂਲ ਆ, ਓਵਰਆਲ ਸਾਨੂੰ ਦੇਖਣਾ ਜ਼ਰੂਰੀ ਹੁੰਦਾ, ਨਾ ਕਿ ਵੀ ਇਹ ਮੇਰਾ ਦੋਸਤ ਹੈ ਜਾਂ ਇਹ ਮੇਰਾ ਰਿਸ਼ਤੇਦਾਰ ਹੈ, ਇਹਨਾਂ ਚੀਜ਼ਾਂ ਤੋਂ ਥੋੜ੍ਹਾ ਜਿਹਾ ਖੱਟ ਕੇ ਅਸੀਂ ਓਵਰਆਲ ਸਾਰਿਆਂ ਦੇ ਲਈ ਸੋਚ ਕੇ ਸਾਨੂੰ ਜਿਹੜੀ ਹੈਗੀ ਵੋਟਿੰਗ ਕਰਨੀ ਜ਼ਰੂਰੀ ਹੁੰਦੀ ਹੈ। ਅੱਛਾ ਨੈਮ ਭਾਅ ਜੀ, ਥੋੜ੍ਹਾ ਜਿਹਾ ਸਾਨੂੰ ਦੱਸੋ, ਹੁਣ ਤੁਸੀਂ ਸੋਚ ਰਹੇ ਬੂਮਾਂਟ ਦੇ ਲਈ ਤੁਸੀਂ ਕਰਨ ਲੱਗੇ ਹੋ, ਹੈ ਨਾ, ਤੁਸੀਂ ਕਾਊਂਸਲਰ ਦੇ ਲਈ, ਕਿਹੜੀਆਂ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਆ, ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਦੇ ਵਿੱਚ ਮੈਨੂੰ ਸੁਧਾਰ ਕਰਨਾ ਚਾਹੀਦਾ ਜਾਂ ਲੋਕਾਂ ਦੀ ਇਹ ਡਿਮਾਂਡ ਹੈਗੀ ਹੈ ਵੀ ਇਹਨਾਂ ਚੀਜ਼ਾਂ ਦੇ ਵਿੱਚ ਸੁਧਾਰ ਕਰਨਾ ਬਣਦਾ ਹੈਗਾ ਉੱਥੇ? ਜੇ ਆਪਾਂ ਦੇਖੀਏ ਜੀ, ਉੱਥੇ ਸਭ ਤੋਂ ਵੱਡੀ ਪ੍ਰੋਬਲਮ ਕੀ ਆ, ਇੱਕ ਤਾਂ ਜਿਹੜੀ ਰੈਜ਼ੀਡੈਂਸ਼ੀਅਲ ਟੈਕਸਿਸ ਜ਼ਿਆਦਾ ਨੇ, ਓਕੇ, ਉੱਥੇ ਬਿਜ਼ਨੈਸਿਸ ਬਹੁਤ ਘੱਟ ਨੇ। ਤੁਸੀਂ ਸੋਚੋ ਵੀ 21,000 ਵੱਧਦੀ ਪਾਪੂਲੇਸ਼ਨ ਆ, ਉੱਥੇ ਹਜੇ ਤੱਕ ਕੋਈ ਹੋਟਲ ਮੋਟਲ ਜਾਂ ਕੋਈ ਵੱਡਾ ਐਂਕਰ ਬਿਜ਼ਨਸ ਨਹੀਂ ਹੈ ਜਿੱਥੋਂ ਤੁਹਾਨੂੰ ਜਿਵੇਂ ਕਹਿੰਦਾ ਟੈਕਸ ਜਨਰੇਟ ਹੋਵੇ। ਰਾਈਟ, ਇੱਕ ਤਾਂ ਸੋ ਕੋਸ਼ਿਸ਼ ਇਹ ਆ ਵੀ ਉੱਥੇ ਸਹੀ ਬਿਜ਼ਨਸ ਅਟਰੈਕਟ ਕਰਨੀਆਂ ਨੇ, ਸਹੀ ਡਿਵੈਲਪਮੈਂਟ ਕਰਨੀਆਂ, ਤਾਂ ਕਿ ਜਿਹੜੀ ਜੋ ਪ੍ਰੋਪਰਟੀ ਟੈਕਸਿਸ ਰੈਜ਼ੀਡੈਂਸ਼ੀਅਲ ਦੀ ਆ ਉਹ ਥੋੜ੍ਹੀ ਜਿਹੀ ਬੈਲੈਂਸ ਹੋ ਸਕੇ ਵਿਦ ਬਿਜ਼ਨਸ ਟੈਕਸਿਸ। ਜੀ, ਦੈਟਸ ਨੰਬਰ 1, ਬਿਜ਼ਨਸ ਨੂੰ ਪ੍ਰਮੋਟ ਕਰਨਾ ਮੇਰਾ ਇੱਕ ਨੰਬਰ 1 ਮੇਰਾ ਮੁੱਦਾ ਹੈ। ਦੂਜਾ ਮੇਰਾ ਮੁੱਦਾ ਰਹੇਗਾ ਜੋ ਮੈਂ ਕੋਸ਼ਿਸ਼ ਕਰ ਰਿਹਾ ਆਉਂਦੀਆਂ ਮਿਊਨਿਸਪੈਲਿਟੀਜ਼ ਦੇ ਨਾਲ ਰਲ ਕੇ, ਚਾਹੇ ਉਹ ਲੱਡੂ ਕਾਊਂਟੀ ਹੋਵੇ, ਐਡਮਿੰਟਨ ਹੋਵੇ, ਕਿ ਉੱਥੇ ਇੱਕ ਪਬਲਿਕ ਟਰਾਂਸਪੋਰਟੇਸ਼ਨ ਬਣਾਈ ਜਾਵੇ। ਉੱਥੇ ਆਉਂਦੀ ਆ ਸਿਰਫ ਇੱਕ ਬੱਸ ਆਉਂਦੀ ਆ, ਹਫ਼ਤੇ ਦੇ 5 ਦਿਨ ਚੱਲਦੀ ਆ, ਇੱਕ ਵਾਰੀ ਸਵੇਰੇ ਇੱਕ ਵਾਰੀ ਸ਼ਾਮ ਨੂੰ। ਹੁਣ ਮਿਲਵੁੱਡਸ ਦੇ ਵਿੱਚ ਟ੍ਰੇਨ ਇੱਥੇ ਆ ਜਾਣੀਆਂ, LRT ਆ ਜਾਣੀਆਂ, ਆਪਾਂ ਉੱਥੇ ਡਾਇਰੈਕਟ ਰੂਟ ਕਿਉਂ ਨਹੀਂ ਕਨੈਕਟ ਕਰ ਸਕਦੇ, ਸਿਰਫ 5-7 ਮਿੰਟ ਦੀ ਵਾਟ 'ਤੇ ਹੈਗੀ ਆ। ਬਿਲਕੁਲ। ਸੋ ਉੱਥੇ ਸੀਨੀਅਰਸ ਵਾਸਤੇ ਇਹ ਕੰਮ ਸੌਖਾ ਹੋ ਜੂ, ਉਹਨਾਂ ਨੇ ਐਡਮਿੰਟਨ ਆਉਣਾ, ਗੁਰਦੁਆਰੇ ਆਉਣਾ, ਮੰਦਰ ਆਉਣਾ, ਮਸਜਿਦ ਜਾਣਾ, ਜਾਂ ਉਹਨਾਂ ਨੇ ਉਦਾਂ ਸੁਸਾਇਟੀ ਜਾਣਾ, ਜਾਂ ਰਿਲੇਟਿਵਸ ਨੂੰ ਮਿਲਣਾ, ਜਾਂ ਕੋਈ ਉਹਨਾਂ ਨੇ ਸ਼ਾਪਿੰਗ ਕਰਨੀ ਹੈ, ਕਿਉਂਕਿ ਵਾਲਮਾਰਟ ਆਉਣਾ, ਉੱਥੇ ਵਾਲਮਾਰਟ ਨਹੀਂ ਹੈਗਾ, ਜਾਂ ਸੁਪਰ ਸਟੋਰ ਆਉਣਾ, ਫਿਰ ਉਹਨਾਂ ਵਾਸਤੇ ਰੋਜ਼ਮਰ੍ਹਾ ਦੀ ਜ਼ਿੰਦਗੀ ਲਈ ਉਹ ਸੌਖਾ ਹੋ ਜਾਏਗਾ। ਸੇਮ ਥਿੰਗ ਵਿਦ ਜੂਨੀਅਰਸ, ਆਪਾਂ ਕਹਿ ਦਈਏ ਜਿਹੜੇ ਆਪਣੇ ਯੰਗ ਜਨਰੇਸ਼ਨ ਆ, ਉਹਨਾਂ ਵਾਸਤੇ ਜਦੋਂ ਹੁਣ ਉਹਨਾਂ ਨੇ ਗ੍ਰੈਜੂਏਸ਼ਨ ਕਰ ਲਈ, ਉਹਨਾਂ ਨੇ ਯੂਨੀਵਰਸਿਟੀ ਕਿੱਥੇ ਜਾਣਾ, ਨੇਟ, ਗ੍ਰੈਂਟ ਮਕਿਊਇਨ, ਯੂਨੀਵਰਸਿਟੀ ਆਫ ਅਲਬਰਟਾ, ਉੱਥੋਂ ਟਰਾਂਸਪੋਰਟੇਸ਼ਨ ਤੁਸੀਂ ਕਿੱਦਾਂ ਕਰੋਗੇ? ਗੱਡੀਆਂ, ਰੋਡ ਵਧੇਗੀ, ਟ੍ਰੈਫਿਕ ਬੰਦੇ ਨੂੰ ਗੱਡੀ ਚਾਹੀਦੀ ਹੈ ਲਈ, ਬਿਲਕੁਲ। ਸੋ ਨਹੀਂ ਫਿਰ ਉਹ ਸ਼ਹਿਰ ਛੱਡ ਕੇ ਐਡਮਿੰਟਨ ਆਣਗੇ। ਸੋ ਉਹ ਯੰਗ ਜਨਰੇਸ਼ਨ ਨੂੰ ਉੱਥੇ ਰੱਖਣ ਲਈ, ਉਹ ਟੈਕਸ ਬੇਸ ਵਧਾਉਣ ਲਈ, ਉਹ ਜੋਬ ਓਪਰਚੁਨਿਟੀਜ਼ ਵਧਾਉਣ ਲਈ, ਪਬਲਿਕ ਟਰਾਂਸਪੋਰਟੇਸ਼ਨ ਦਾ ਹੋਣਾ, ਸਿਟੀ ਨੂੰ ਉਹਦੇ ਨਾਲ ਕਨੈਕਟ ਕਰਨਾ ਬਹੁਤ ਅਹਿਮ ਅਤੇ ਜ਼ਰੂਰੀ ਹੈ। ਦੂਜਾ ਮੇਰਾ ਸਭ ਤੋਂ ਵੱਡਾ ਮੁੱਦਾ ਇਹ ਆ ਵੀ ਇਹ ਚੀਜ਼ 'ਤੇ ਵਰਕਆਊਟ ਕਰਨਾ। ਕੁਛ ਹੋਰ ਵੀ ਮੁੱਦੇ ਹੈਗੇ ਨੇ, ਆਪਾਂ ਉਹਨਾਂ 'ਤੇ ਵੀ ਬਾਅਦ 'ਚੋਂ ਹੋਰ ਡਿਸਕਸ ਕਰ ਸਕਦੇ ਹਾਂ, ਪਰ ਇਹ ਦੋ ਮੇਰੇ ਮੇਨ ਮੁੱਦੇ ਨੇ ਜਿਹੜੇ ਮੈਂ ਗੱਲ ਕਰਨਾ ਚਾਹੁੰਦਾ ਸੀ। ਰਾਈਟ, ਹਾਂਜੀ, ਇਹਨਾਂ 'ਤੇ ਬਿਲਕੁਲ, ਕਿਉਂਕਿ ਇਹ ਚੀਜ਼ ਜ਼ਰੂਰੀ ਹੈ ਵੀ ਸਾਡੇ ਖਾਸ ਕਰਕੇ ਜਿਹੜੇ ਹੈਗੇ ਨੇ, ਕਿਉਂਕਿ ਬੱਸ ਸਰਵਿਸ ਦੀ ਗੱਲ ਕਰੀਏ, ਅਦਰਵਾਈਜ਼ ਸਾਨੂੰ ਅਗਰ ਕੋਈ ਗੱਡੀਆਂ, ਅਸੀਂ ਘਰ ਦੇ ਵਿੱਚ 4 ਮੈਂਬਰ ਹੈਗੇ, 4 ਨੇ ਅਲੱਗ ਅਲੱਗ ਕੰਮ 'ਤੇ ਜਾਣਾ ਹੈਗਾ, ਬੱਸ ਸਰਵਿਸ ਸਾਡੇ ਲਈ ਹੋਣੀ ਜ਼ਰੂਰੀ ਹੈ, 4 ਗੱਡੀਆਂ। ਹਰ ਇੱਕ ਬੰਦਾ ਨਹੀਂ ਅਫੋਰਡ ਕਰ ਸਕਦੇ ਨੇ, ਲੇਕਿਨ ਉਹਦੇ ਲਈ ਐਕਸਪੈਂਸਿਸ ਜ਼ਿਆਦਾ ਹੋ ਜਾਂਦੇ ਨੇ, ਉੱਥੋਂ ਬਚਾਇਆ ਜ਼ਰੂਰ ਜਾਇਆ ਜਾ ਸਕਦਾ। ਇਹ ਬਹੁਤ ਚੀਜ਼ਾਂ ਹੁੰਦੀਆਂ ਨੇ ਕਿ ਉੱਥੇ ਲੈ ਕੇ ਆਪਾਂ, ਕਿਉਂਕਿ ਐਲਬਰਟਾ ਦੀ ਆਪਾਂ ਅਗਰ ਗੱਲ ਕਰੀਏ, ਇਹਦੇ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਵੇਰੀਏਸ਼ਨ ਹੈਗੀ ਹੈ, ਵੀ ਬਹੁਤ ਜ਼ਿਆਦਾ ਠੰਡ ਵੀ ਹੁੰਦੀ ਹੈ, ਅਤੇ ਇਸ ਦਫ਼ਾ ਤਾਂ ਆਪਾਂ ਦੇਖਿਆ ਕਿ ਗਰਮੀ ਵੀ ਹੁਣ ਹੋਣੀ, ਜਿਵੇਂ ਕਹਿ ਦਾ ਵੀ ਮੰਨਣ ਹੋ ਗਈ,
ਹੈ ਕਾਫੀ ਸਾਲਾਂ ਤੋਂ ਬਾਅਦ ਇੱਕ ਦਫਾ ਵੀ ਫਿਰ ਬਹੁਤ ਜ਼ਿਆਦਾ ਗਰਮੀ ਵੀ ਹੁੰਦੀ ਹੈ ਇਹ ਦੋ ਚੀਜ਼ਾਂ ਹੁਣ ਹੋ ਗਈਆਂ ਨੇ ਤਾਂ ਇੱਕ ਕਾਉਂਸਲਰ ਦੀ ਜਿਹੜੀ ਹੈਗੀ ਹੈ ਕਾਫੀ ਜ਼ਿਆਦਾ ਦੋਸਤੋ ਜਿਹੜੀਆਂ ਹੈਗੀਆਂ ਕਿਤੇ ਨਾ ਕਿਤੇ ਡਿਊਟੀਜ਼ ਹੁੰਦੀਆਂ ਨੇ ਬਹੁਤ ਛੋਟੀ ਛੋਟੀਆਂ ਚੀਜ਼ਾਂ ਨੂੰ ਵੀ ਕਈ ਦਫਾ ਮੈਂ ਨੈਮ ਭਾਜੀ ਦੇਖਦਾ ਵੀ ਸਾਡੇ ਕੋਲ ਵੀ ਕਾਫੀ ਕੁਐਸਚਨ ਆਉਂਦੇ ਨੇ ਕਾਫੀ ਲੋਕਾਂ ਦੇ ਜਿਹੜੇ ਨਾ ਮੁੱਦੇ ਬੜੇ ਛੋਟੇ ਛੋਟੇ ਹੁੰਦੇ ਨੇ ਜਸਟ ਉਹਨਾਂ ਦੇ ਘਰ ਤੱਕ ਹੀ ਸੀਮਿਤ ਹੁੰਦੇ ਨੇ ਜਾਂ ਦੋ ਚਾਰ ਘਰਾਂ ਤੱਕ ਹੀ ਸੀਮਿਤ ਹੁੰਦੇ ਨੇ ਜੀ ਵੀ ਮੇਰੇ ਜੀ ਸਾਹਮਣੇ ਜੀ ਆ ਡਰਾਈ ਉਹ ਨਹੀਂ ਕਲੀਨ ਹੁੰਦਾ ਜੀ ਸਨੋ ਸ਼ਵਲਸ ਨਹੀਂ ਹੁੰਦੀ ਸਾਡੀ ਰੋਡਸ ਨਹੀਂ ਹੁੰਦੀਆਂ ਤੁਹਾਨੂੰ ਕੀ ਲੱਗਦਾ ਵੀ ਇਹ ਛੋਟੇ ਛੋਟੇ ਮੁੱਦਿਆਂ ਨੂੰ ਵੀ ਇੱਕ ਕਾਉਂਸਲਰ ਦਾ ਜਿਹੜਾ ਹੈਗਾ ਧਿਆਨ ਹੁੰਦਾ ਜਾਂ ਫਿਰ ਕਿਹਾ ਜਾਂਦਾ ਵੀ ਜਿਹੜਾ ਪੁਰਾਣਾ ਕਾਉਂਸਲਰ ਸੀ ਉਹਨੇ ਐਂ ਨਹੀਂ ਕੀਤਾ ਨਵਾਂ ਕਹਿੰਦਾ ਜੀ ਵੀ ਮੈਂ ਐਂ ਕਰਦਾਂਗਾ ਕਿ ਇਹ ਛੋਟੇ ਮੁੱਦਿਆਂ ਦਾ ਤੁਹਾਨੂੰ ਕੀ ਲੱਗਦਾ ਹੁਣ ਜਿਵੇਂ ਤੁਸੀਂ ਇਹ ਮੇਜਰ ਮੁੱਦੇ ਚੱਕੇ ਨੇ ਬੜੀ ਵਧੀਆ ਗੱਲ ਹੈਗੀ ਵੀ ਇਹ ਹਰ ਇੱਕ ਬੰਦੇ ਦੇ ਲਈ ਹੈ ਬਿਲਕੁਲ ਜੀ ਅਗਰ ਮੈਂ ਕਹਾਂ ਜੀ ਵੀ ਮੈਂ ਹਾਂਜੀ ਨੈਮ ਜੀ ਮੈਂ ਤਾਂ ਵੋਟ ਤਾਂ ਪਾਵਾਂਗਾ ਜੇ ਤੁਸੀਂ ਮੇਰੇ ਜੀ ਸਾਹਮਣੇ ਕਰਦੇ ਪਰਲੇ ਪਾਸੇ ਘਾਹ ਜੀ ਤੁਸੀਂ ਉਹ ਨਹੀਂ ਕਟਾਉਂਦੇ ਜਾਂ ਜੀ ਮੇਰੇ ਉੱਥੇ ਮੇਰੇ ਘਰ ਦੋਗੇ ਜੀ ਸਨੋ ਨਹੀਂ ਸਾਫ਼ ਹੁੰਦੀ ਜਾਂ ਅਗਰ ਸੜਕਾਂ ਨਹੀਂ ਹੁੰਦੀਆਂ ਤੁਹਾਨੂੰ ਕੀ ਲੱਗਦਾ ਇਹਨਾਂ ਮੁੱਦਿਆਂ ਦੇ ਬਾਰੇ ਇਹ ਪਤਾ ਜੀ ਆਪਾਂ ਕਹਿ ਦਿੰਦੇ ਹਾਂ ਵੀ ਇਹ ਸਿਰਫ ਆਪਣੇ ਘਰ ਤੱਕ ਸੀਮਿਤ ਨੇ ਪਰ ਦੇਖੋ ਹਰ ਚਾਰ ਘਰਾਂ ਬਾਅਦ ਇਹ ਗੱਲ ਸੀਮਿਤ ਹੁੰਦੀ ਹੈ ਠੀਕ ਹੈ ਚਾਹੇ ਉਹ ਆਪਾਂ ਕਹਿ ਦਈਏ ਸਨੋ ਰਿਮੂਵਲ ਦੀ ਚਾਹੇ ਆਪਾਂ ਕਹਿ ਦਈਏ ਗ੍ਰਾਸ ਕਟਿੰਗ ਦੀ ਚਾਹੇ ਆਪਾਂ ਕਹਿ ਦਈਏ ਮੇਨਟੇਨੈਂਸ ਦੀ ਸਾਈਡ ਵਾਕ ਸਾਫ਼ ਕਰਨੇ ਰੋਡਸ ਨੂੰ ਮੇਨਟੇਨ ਕਰਨਾ ਜਾਂ ਉੱਥੇ ਪੋਟਸ ਪੋਟ ਹੋਲਸ ਹੋ ਗਏ ਉਹਨੂੰ ਫਿਕਸ ਕਰਨਾ ਇਹ ਆਮ ਇੱਕ ਜਿਵੇਂ ਕਹਿੰਦੇ ਆ ਵੀ ਹਰ ਇੱਕ ਸਿਟੀਜ਼ਨ ਦੀ ਹਰ ਇੱਕ ਰੈਜ਼ੀਡੈਂਟ ਦੀ ਇਹ ਜ਼ਰੂਰਤ ਹੈ ਬਿਲਕੁਲ ਉਹਨਾਂ ਗੱਲਾਂ 'ਤੇ ਵੀ ਧਿਆਨ ਰੱਖਣਾ ਪੈਣਾ ਉਹਨਾਂ ਗੱਲਾਂ 'ਤੇ ਧਿਆਨ ਕਿੱਦਾਂ ਰੱਖ ਸਕਦੇ ਹੋ ਇਫ ਯੂ ਆਰ ਫਿਜ਼ੀਕਲੀ ਰਿਸਪੋਂਸੀਬਲ ਫਿਜ਼ੀਕਲੀ ਰਿਸਪੋਂਸੀਬਲ ਤੁਹਾਨੂੰ ਪਤਾ ਵੀ ਬਜਟ ਕਿੱਦਾਂ ਕਰਨਾ ਤੁਸੀਂ ਕੰਮ ਕੀਤੇ ਹੋਏ ਨੇ ਯੂ ਅੰਡਰਸਟੈਂਡ ਬਜਟਿੰਗ ਐਂਡ ਫੋਰਕਾਸਟਿੰਗ ਐਂਡ ਐਕਸਪੈਂਡੀਚਰ ਆਫ ਦੋਜ਼ ਡਾਲਰਸ ਸੋ ਉਹ ਬਹੁਤ ਜ਼ਰੂਰੀ ਗੱਲ ਆ ਵੀ ਜਿਹੜੇ ਉਹ ਇਕੱਲੇ ਰੈਜ਼ੀਡੈਂਟਸ ਦੇ ਟੈਕਸਿਸ ਨਹੀਂ ਮੇਰੇ ਵੀ ਟੈਕਸਿਸ ਨੇ ਮੈਂ ਵੀ ਉੱਥੇ ਹੀ ਰਹਿਣਾ ਮੈਂ ਵੀ ਇੱਕ ਟੈਕਸ ਪੇ ਕਰਦਾ ਸੀ ਉਹ ਮੇਰੇ ਵੀ ਪੈਸੇ ਨੇ ਮੈਂ ਵੀ ਚਾਹੁੰਦਾ ਵੀ ਜਿਹੜੀ ਉਹ ਡਾਲਰ ਉੱਥੇ ਜਾ ਰਿਹਾ ਟੈਕਸ ਡਾਲਰ ਉਹ ਸਹੀ ਤਰੀਕੇ ਨਾਲ ਉਹਨਾਂ ਦੀ ਵਰਤੋਂ ਹੋਵੇ ਚਾਹੇ ਉਹ ਜਵਾਕਾਂ ਵਾਸਤੇ ਪਾਰਕ ਆ ਚਾਹੇ ਸੀਨੀਅਰਸ ਵਾਸਤੇ ਉਹ ਰੋਡਸ ਸਾਈਡਵਾਕ ਸਾਫ਼ ਹੋ ਰਹੇ ਨੇ ਜਾਂ ਉਹ ਵਿੰਟਰ ਦੇ ਵਿੱਚ ਸਨੋ ਕਲੀਅਰ ਹੋ ਰਹੀ ਆ ਜਦੋਂ ਸਟੋਰਮ ਪੈ ਗਿਆ ਜਾਂ ਸਲਿਪਰੀ ਆ ਉਹਨੂੰ ਸੋਲਟ ਕੀਤਾ ਜਾ ਰਿਹਾ ਜਾਂ ਉਹਨੂੰ ਕੀਤਾ ਜਾ ਰਿਹਾ ਸਾਫ਼ ਕੀਤਾ ਜਾ ਰਿਹਾ ਤਾਂ ਕਿ ਉਹ ਵਿਘਨ ਨਾ ਪਵੇ ਤੁਹਾਡੀ ਆਵਾਜਾਈ ਦੇ ਵਿੱਚ ਬਿਲਕੁਲ ਜ਼ਰੂਰੀ ਆ ਉਹ ਚੀਜ਼ਾਂ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਪੈਣਾ ਉਹ ਡੇਲੀ ਦੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਉਹਦੇ 'ਤੇ ਧਿਆਨ ਦੇ ਕੇ ਉਹ ਕਰਨੀਆਂ ਪੈਣੀਆਂ ਨੇ ਅਤੇ ਉਹਨੂੰ ਪ੍ਰੋਸੈਸ ਉਹਦਾ ਵਧਾਉਣਾ ਪੈਣਾ ਬਿਲਕੁਲ ਅਗਰੀਡ ਕੋਈ ਇਹਦੇ 'ਚ ਕੋਈ ਨਹੀਂ ਹੈ ਵੀ ਸਿਰਫ ਮੇਰੇ ਕੰਮ ਦੀ ਚੀਜ਼ ਆ ਜਾਂ ਮੇਰੇ ਗੱਲ ਦੀ ਚੀਜ਼ਾਂ ਨਹੀਂ ਐਬਸੋਲੂਟਲੀ ਇਹ ਸਾਰੀਆਂ ਦੀ ਜ਼ਰੂਰਤ ਹੈ ਸਾਰੀਆਂ ਚੀਜ਼ਾਂ ਦੀ ਧਿਆਨ ਰੱਖਣਾ ਪੈਂਦਾ ਹੈਗਾ ਵੀ ਇਹ ਚੀਜ਼ਾਂ ਦਾ ਕਿਉਂਕਿ ਕਈ ਦਫਾ ਹੁੰਦਾ ਵੀ ਸਾਡੇ ਆ ਪਾਸੇ ਤਾਂ ਆ ਨਹੀਂ ਹੈਗਾ ਜੀ ਸਾਡੇ ਪਾਸੇ ਪਾਰਕ ਵਧੀਆ ਹੈਗੇ ਨੇ ਉੱਧਰ ਹੈ ਨਹੀਂ ਦੋਸਤੋ ਬੜੀਆਂ ਚੀਜ਼ਾਂ ਹੁੰਦੀਆਂ ਨੇ ਇਹਨਾਂ ਪ੍ਰੋਗਰਾਮਾਂ ਦੇ ਰਹੇ ਅਸੀਂ ਜਿਹੜੀ ਗੱਲਬਾਤ ਕਰਦੇ ਹਾਂ ਸਾਡੇ ਨਾਲ ਜਿਹੜੇ ਐਕਸਪਰਟ ਆਉਂਦੇ ਨੇ ਉਹ ਆਪਣਾ ਐਕਸਪੀਰੀਅੰਸ ਸਾਡੇ ਦਰਸ਼ਕਾਂ ਤੱਕ ਸ਼ੇਅਰ ਕਰਦੇ ਹਾਂ ਅਸੀਂ ਕਿਸੇ ਵੀ ਪਾਰਟੀ ਨੂੰ ਕਿਸੇ ਵੀ ਮੈਂਬਰ ਨੂੰ ਜਾਂ ਕਿਸੇ ਵੀ ਕੈਂਡੀਡੇਟ ਨੂੰ ਅਸੀਂ ਲਾਈਕ ਅਸੀਂ ਇਹ ਉਹਨੂੰ ਪ੍ਰਮੋਟ ਨਹੀਂ ਕਰਦੇ ਅਸੀਂ ਜਸਟ ਉਹਨਾਂ ਦਾ ਐਕਸਪੀਰੀਅੰਸ ਉਹਨਾਂ ਦੀਆਂ ਗੱਲਾਂ ਸਾਡੇ ਦਰਸ਼ਕਾਂ ਤੱਕ ਪਹੁੰਚਾਉਂਦੇ ਹਾਂ ਤਾਂ ਕਿ ਉਹ ਆਪਣੀ ਸੂਝਬੂਝ ਦੇ ਨਾਲ ਉਹਨਾਂ ਨੂੰ ਵੋਟਿੰਗ ਕਰ ਸਕਣ ਤਾਂ ਤੁਸੀਂ ਹੋਰ ਵੀ ਸਾਡੇ ਸ਼ੋਅਜ਼ ਦੇਖਣਾ ਚਾਹੁੰਦੇ ਹੋ ਹਨੀ ਵਾਲੀਆਂ ਸ਼ੋਅਜ਼ ਦੇ ਤੁਸੀਂ ਸਾਡੇ ਇਹਨਾਂ ਪੇਜ ਨੂੰ ਲਾਈਕ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਨੈਮ ਕੁਲਾਰ ਜੀ ਦੇ ਬਾਰੇ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦੀ ਜਿਹੜੀ ਹੈਗੀ ਹੈ ਇਹਨਾਂ ਦੇ ਆਫਿਸ ਵੀ ਪ੍ਰੋਪਰ ਬਣਿਆ ਹੋਇਆ ਹੈਗਾ ਥੋੜ੍ਹਾ ਜਿਹਾ ਜਿੱਦਾਂ ਲੋਕ ਤੁਹਾਡੇ ਨਾਲ ਜੁੜਨਾ ਚਾਹੁੰਦੇ ਨੇ ਜਿਹੜਾ ਕਿੱਦਾਂ ਤੁਹਾਡੇ ਨਾਲ ਸਰ ਜੁੜ ਸਕਦੇ ਨੇ ਹੋਰ ਕੀ ਲਾਈਕ ਤੁਸੀਂ ਸੋਚਿਆ ਹੈਗਾ ਵੀ ਹਾਂ ਵੀ ਬੂਮੌਂਟ ਦੇ ਵਿੱਚ ਹੁਣ ਬੇਸ਼ੱਕ ਮੈਨੂੰ ਲੱਗਦਾ ਕਿ ਐਡਮਿੰਟਨ ਦਾ ਹੀ ਪਾਰਟ ਜੁੜਦਾ ਜਾ ਰਿਹਾ ਅੱਗੇ ਅੱਗੇ ਬਹੁਤ ਜ਼ਿਆਦਾ ਡਿਵੈਲਪਮੈਂਟ ਵੀ ਦੇਖਣ ਦੇ ਵਿੱਚ ਆਈ ਹੈ ਤਾਂ ਮੇਨ ਡਿਵੈਲਪਮੈਂਟ ਦੇ ਵਿੱਚ ਕੀ ਕੁਛ ਤੁਸੀਂ ਸੋਚਿਆ ਹੈਗਾ ਵੀ ਬੂਮੌਂਟ ਦੇ ਵਿੱਚ ਹੋਰ ਬਿਜ਼ਨਸ ਤੋਂ ਇਲਾਵਾ ਜਿਵੇਂ ਰੈਜ਼ੀਡੈਂਸ਼ੀਅਲ ਦੀ ਗੱਲ ਕਰੀਏ ਹੋਰ ਡਿਵੈਲਪਮੈਂਟ ਕਿਹੜੇ ਕਿਹੜੇ ਏਰੀਆ ਦੇ ਵਿੱਚ ਕੀ ਚੀਜ਼ਾਂ ਦੀ ਉਮੀਦ ਰੱਖਦੇ ਹੋ ਤੁਸੀਂ ਉਮੀਦ ਤਾਂ ਇਹ ਜੀ ਇੱਕ ਤਾਂ ਉੱਥੇ ਹਾਈ ਸਕੂਲ ਸਿਰਫ ਇੱਕ ਹੀ ਹੈ ਹਾਂਜੀ ਉੱਥੇ ਰੈਕ ਸੈਂਟਰ ਉਹ ਵੀ ਇੱਕੋ ਹੀ ਆ ਰਾਈਟ ਬਟ ਵੀ ਹੈਵ ਟੂ ਲੁੱਕ ਐਟ ਵੀ ਬੋਮਾਂਡ ਦੀ ਪਾਪੂਲੇਸ਼ਨ 21,000 ਦੇ ਕਰੀਬ ਮੇਰੇ ਖਿਆਲ ਸ਼ਾਇਦ ਹੁਣ ਵੱਧ ਹੀ ਹੋ ਗਈ ਹੋਣੀ ਜੀ ਪਰ ਆਪਾਂ ਇਕੱਲੀ ਬੋਮਾਂਡ ਦੀ ਪਾਪੂਲੇਸ਼ਨ ਨਹੀਂ ਦੇਖ ਸਕਦੇ ਜਿਹੜੀ ਉਹਨੂੰ ਸਰਾਊਂਡਿੰਗ ਏਰੀਆ ਲੱਡੂ ਕਾਉਂਟੀ ਦਾ ਉਹ ਵੀ ਬੋਮਾਂਡ ਦੀਆਂ ਫੈਸਿਲਿਟੀਆਂ ਹੀ ਯੂਜ਼ ਕਰਦੇ ਨੇ ਉਹ ਵੀ ਬੋਮਾਂਡ ਦੇ ਸਕੂਲਸ ਬੋਮਾਂਡ ਦਾ ਹਾਈ ਸਕੂਲ ਯੂਜ਼ ਕਰ ਰਹੇ ਨੇ ਰਾਈਟ ਹਾਲਾਂਕਿ ਜਿਹੜਾ ਸਕੂਲ ਹੈ ਉਹ ਕਾਉਂਸਲ ਦੀ ਬੋਮਾਂਡ ਕਾਉਂਸਲ ਦੀ ਅਥੋਰਟੀ ਹੇਠਾਂ ਨਹੀਂ ਹੈ ਉਹ ਹੈਗਾ ਲੱਡੂ ਕਾਉਂਟੀ ਦੀ ਬਲੈਕ ਐਂਡ ਗੋਲਡ ਜੋ ਐਜੂਕੇਸ਼ਨ ਬੋਰਡ ਹੈ ਉਹਦੇ ਥੱਲੇ ਆਉਂਦਾ ਪਰ ਜਿਹੜੀ ਹੁਣ ਤੁਸੀਂ ਡਿਵੈਲਪਮੈਂਟ ਦੀ ਗੱਲ ਕੀਤੀ ਹੈ ਜੋ ਡਿਵੈਲਪਮੈਂਟ ਹੋ ਰਹੀ ਆ ਜੋ ਡਿਵੈਲਪਰ ਡਿਵੈਲਪ ਕਰ ਰਹੇ ਨੇ ਉਹਨਾਂ ਦੇ ਨਾਲ ਕੋਹੇਸਿਵ ਬਣ ਕੇ ਆਪਾਂ ਨੂੰ ਕੋਲੈਬੋਰੇਸ਼ਨ ਕਰਕੇ ਅਲਬਰਟਾ ਹੈਲਥ ਮਿਨਿਸਟਰ ਜਾਂ ਅਲਬਰਟਾ ਐਜੂਕੇਸ਼ਨ ਮਿਨਿਸਟਰ ਨਾਲ ਰਲ ਕੇ ਆਪਾਂ ਨੂੰ ਉਹ ਪਲਾਨ ਕਰਨਾ ਪੈਣਾ ਉਹਨਾਂ ਨੂੰ ਐਡਵੋਕੇਟ ਕਰਨਾ ਪੈਣਾ ਉਹਨਾਂ ਨੂੰ ਲੌਬੀ ਕਰਨਾ ਪੈਣਾ ਵੀ ਬੋਮਾਂਟ ਨੂੰ ਲੋੜ ਹੈ ਇੱਕ ਹਾਈ ਸਕੂਲ ਦੀ ਪਾਪੂਲੇਸ਼ਨ ਵੱਧ ਰਹੀ ਹੈ ਉੱਥੇ ਸਿਰਫ ਇੱਕ ਤੇ ਇੱਕ ਹਾਈ ਸਕੂਲ ਹੈ ਇੱਕ ਟੀਚਰ ਕਿੰਨਾ ਕੁ ਕਰ ਸਕਦਾ ਇੱਕ ਪ੍ਰਿੰਸੀਪਲ ਕਿੰਨਾ ਕੁ ਕਰ ਸਕਦਾ ਇੱਕ ਹਾਈ ਸਕੂਲ ਕਿੰਨਾ ਕੁ ਟੇਕ ਕੇਅਰ ਕਰ ਸਕਦਾ ਸੋ ਉਹ ਲੌਬੀ ਕਰਨਾ ਪੈਣਾ ਐਡਵੋਕੇਟ ਕਰਨਾ ਪੈਣਾ ਵੀ ਜਦੋਂ ਡਿਵੈਲਪਮੈਂਟ ਹੋਵੇ ਡਿਵੈਲਪਮੈਂਟ ਸਹੀ ਹੋਵੇ ਰੈਜ਼ੀਡੈਂਸ਼ੀਅਲ ਦੇ ਨਾਲ ਨਾਲ ਪਾਰਕ ਹੋਵੇ ਜਾਂ ਸਕੂਲ ਲਈ ਜਗ੍ਹਾ ਛੱਡੀ ਜਾਵੇ ਤਾਂ ਕਿ ਆਉਂਦੇ 4-5 ਸਾਲ
ਸੋ ਉਹ ਜਿਹੜੀ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਉਹ ਇਕੱਲੀ ਬੋਮਾਟ ਨੂੰ ਨਹੀਂ ਕਿਉਂਕਿ ਉਹ ਲੱਡੂ ਕਾਉਂਟੀ ਦੇ ਅੰਡਰ ਆਉਂਦੀ ਆ ਉੱਥੇ ਜਿਹੜੇ ਲੱਡੂ ਕਾਉਂਟੀ ਦੇ ਆਲੇ ਦੁਆਲੇ ਰੈਜ਼ੀਡੈਂਟਸ ਨੇ ਉਹਨਾਂ ਵਾਸਤੇ ਵੀ ਉਹ ਸਰਵਿਸ ਸੇਮ ਹੀ ਹੈ ਸੋ ਆਪਾਂ ਇਹ ਨਹੀਂ ਕਹਿ ਸਕਦੇ ਵੀ ਬੋਮਾਟ ਦੀ ਪਾਪੂਲੇਸ਼ਨ ਇਕੱਲੀ 21,000 ਆ ਉਹਦੇ ਆਲੇ ਦੁਆਲੇ ਸਰਾਊਂਡਿੰਗ ਏਰੀਆ ਦੇਖੋ ਕਿੰਨਾ ਕਵਰ ਹੋ ਰਿਹਾ ਸੋ ਉਹ ਵੀ ਜ਼ਰੂਰਤ ਹੈ ਵੀ ਅਲਬਰਟਾ ਹੈਲਥ ਮਿਨਿਸਟਰ ਅਲਬਰਟਾ ਹੈਲਥ ਸਰਵਿਸਿਜ਼ ਦੇ ਨਾਲ ਰਲ ਕੇ ਲੱਡੂ ਕਾਉਂਟੀ ਦੇ ਨਾਲ ਜਿਵੇਂ ਕਹਿੰਦੇ ਕੋਲੈਬੋਰੇਸ਼ਨ ਕਰਕੇ ਉਹਨਾਂ ਨੂੰ ਐਡਵੋਕੇਟ ਕਰਕੇ ਉਹਨਾਂ ਨੂੰ ਲੌਬੀ ਕਰਕੇ ਕੋਸ਼ਿਸ਼ ਕੀਤੀ ਜਾਵੇ ਉੱਥੇ ਕੋਈ ਨਾ ਕੋਈ ਛੋਟੀ ਜੀ ਮੈਡੀਕਲ ਫੈਸਿਲਿਟੀ ਜਾਂ ਟਰਾਮਾ ਸੈਂਟਰ ਐਟਲੀਸਟ ਸ਼ੁਰੂ ਕੀਤਾ ਜਾਵੇ ਨੈਕਸਟ 4-5 ਈਅਰਸ ਅਤੇ ਫਿਰ ਉਹਨੂੰ ਆਪਾਂ ਵਧਾ ਸਕਦੇ ਹਾਂ ਐਜ਼ ਫੰਡਿੰਗ ਕਮਸ ਫਰੋਮ ਚਾਹੇ ਅਲਬਰਟਾ ਗਵਰਨਮੈਂਟ ਹੋਵੇ ਚਾਹੇ ਫੈਡਰਲ ਗਵਰਨਮੈਂਟ ਹੋਵੇ ਜਾਂ ਕੋਈ ਆਪਣੇ ਬਿਜ਼ਨਸ ਟੈਕਸਿਸ ਵੱਧ ਜਾਂਦੇ ਨੇ ਉਹਨਾਂ ਨਾਲ ਵਧਾ ਕੇ ਫਿਰ ਉਹ ਉੱਥੇ ਉਹ ਸਰਵਿਸ ਪ੍ਰੋਵਾਈਡ ਕੀਤੀ ਜਾ ਸਕੇ ਉਹ ਵੀ ਬਹੁਤ ਜ਼ਰੂਰੀ ਹੈ ਹਾਂਜੀ ਕਾਫੀ ਹਾਂ ਕਾਫੀ ਛੋਟੀਆਂ ਚੀਜ਼ਾਂ ਨੇ ਮੈਡੀਕਲ ਫੈਸਿਲਿਟੀਜ਼ ਦੀ ਗੱਲ ਹੈ ਐਜੂਕੇਸ਼ਨ ਦੀ ਗੱਲ ਹੈਗੀ ਹੈ ਬਸ ਸਰਵਿਸਿਜ਼ ਦੀ ਗੱਲ ਹੈਗੀ ਹੈ ਇੱਕ ਮੈਂ ਸਰ ਦੇਖਦਾ ਜਦੋਂ ਆਪਾਂ 50 ਸਟਰੀਟ ਆਪਣੀ ਜਿਹੜੀ ਜਾ ਰਹੀ ਹੈ ਆਪਾਂ ਅੱਗੇ ਆ ਕੇ ਬੂਮਾਂਟ ਹੁੰਦਾ ਜਦੋਂ 22 ਤੋਂ ਹੀ ਅੱਗੇ ਜਾ ਕੇ ਸਿੰਗਲ ਰੋਡ ਹੋ ਜਾਂਦੀ ਹੈ ਜਦੋਂ ਸ਼ਾਮ ਦੇ ਟਾਈਮ ਹੈ ਆਫਿਸ ਆਰਸ ਦੇ ਵਿੱਚ ਆਪਾਂ ਦੇਖਦੇ ਹਾਂ ਪਹਿਲਾਂ ਅਸੀਂ ਸੁਣਦੇ ਹਾਂ ਟੋਰਾਂਟੋ BC ਦੇ ਵਿੱਚ ਬਹੁਤ ਰਸ਼ ਹੁੰਦਾ ਇੱਥੇ ਵੀ ਅਗਰ ਅਸੀਂ ਆਫਿਸ ਆਰਸ ਦੇ ਵਿੱਚ ਦੇਖੀਏ ਰਸ਼ ਹੁਣ ਦੇਖਣ ਦੇ ਵਿੱਚ ਆਉਂਦਾ ਕਿ ਗੱਡੀਆਂ ਦੇ ਲਾਈਨਾਂ ਲੱਗੀਆਂ ਹੁੰਦੀਆਂ ਤਾਂ ਉਸ ਰੋਡ ਦੇ ਬਾਰੇ ਵਿੱਚ ਕੁਛ ਹੈਗਾ ਕਿ ਅੱਗੇ ਜਾ ਕੇ ਡਿਵਾਈਡ ਹੋ ਜਾਂਦੀ ਹੈ ਇੱਥੋਂ ਥੋੜ੍ਹਾ ਜਿਹਾ ਦੋ ਤੋਂ 3 ਕਿਲੋਮੀਟਰ ਉਹ ਸਿੰਗਲ ਰੋਡ ਜਾਂਦੀ ਹੈ ਉਹਦੇ ਉੱਤੇ ਕਿਸੇ ਦਾ ਧਿਆਨ ਜਾਂਦਾ ਹੈ ਵੀ ਹਾਂ ਕਿ ਉਸ ਰੋਡ ਦੇ ਉੱਤੇ ਕੀ ਕੀਤਾ ਜਾ ਸਕਦਾ ਜਾਂ ਉਹਨੂੰ ਵਧਾਉਣ ਦੇ ਬਾਰੇ ਵਿੱਚ ਕੁਛ ਆਪਸ਼ਨਸ ਦੇਖੀਆਂ ਜਾ ਰਹੀਆਂ ਨੇ ਕੋਈ ਇਸ ਮੁੱਦੇ ਨੂੰ ਚੱਕ ਰਿਹਾ ਬਿਲਕੁਲ ਜੀ ਇਹ ਮੈਂ ਉਹੀ ਤਾਂ ਗੱਲ ਵੀ ਉੱਥੇ ਜਾ ਕੇ ਜਦੋਂ ਤੁਹਾਡੇ ਕੋਲ ਸਹੀ ਵੋਇਸ ਹੋਵੇਗੀ ਸਹੀ ਤੁਹਾਡੇ ਕੋਲ ਅੰਡਰਸਟੈਂਡਿੰਗ ਵਾਲਾ ਪਰਸਨ ਹੋਏਗਾ ਬੈਠੇਗਾ ਹੱਥ ਚੁੱਕੇ ਸਹੀ ਕੁਐਸਚਨ ਪੁੱਛੇਗਾ ਸਹੀ ਬੰਦਿਆਂ ਨੂੰ ਮਿਲੇਗਾ ਰਾਈਟ ਬੰਦਿਆਂ ਨੂੰ ਮਿਲੇਗਾ ਉਹ ਪ੍ਰੋਬਲਮ ਸੋਲਵ ਹੋ ਜਾਊਗੀ ਬਹੁਤ ਵਧੀਆ ਮੈਂ ਖੁਦ 90% ਪਾਪੂਲੇਸ਼ਨ ਜਿਹੜੀ ਬੋਮਾਂਟ 'ਚ ਰਹਿੰਦੀ ਆ ਉਹ ਜਾਂ ਲੱਡੂਕ ਜਾਂ ਐਡਮਿੰਟਨ ਕੰਮ ਕਰਦੀ ਆ ਜੀ ਤਿੰਨੇ ਚਾਰੇ ਪਾਸੇ ਇਹ ਤਾਂ 50 ਸੀਟ ਤੁਸੀਂ ਕਹਿ ਰਹੇ ਉੱਥੇ ਜਾਣ ਨੂੰ ਚਾਰੇ ਪਾਸੇ ਲੱਡੂਕ ਜਾਣ ਲਈ ਨਿਸਕਿਊ ਜਾਣ ਲਈ ਸਾਰੇ ਰੋਡ ਸਿੰਗਲ ਨੇ ਕਈਆਂ ਦੇ ਉੱਤੇ ਲਾਈਟਸ ਨਹੀਂ ਲੱਗੀਆਂ ਹੋਈਆਂ ਆਪਾਂ ਕਹਿੰਦੇ ਸਟਰੀਟ ਲਾਈਟਸ ਨਹੀਂ ਕਈਆਂ ਦੇ ਉੱਤੇ ਟਰਨਿੰਗ ਲੇਨਸ ਨੇ ਨਹੀਂ ਸਿੰਗਲ ਲੇਨ ਜਦੋਂ ਤੁਸੀਂ ਲੈਫਟ ਟਰਨ ਲਈ ਖੜ ਗਏ ਹੋ ਪਿਛਲੇ ਵਾਲੀ ਗੱਡੀ ਬੈਕਅਪ ਹੋ ਜਾਂਦੀ ਹੈ ਰਾਈਟ ਫਿਰ ਉੱਥੋਂ ਸਟਾਪ ਸਾਈਨ ਤੋਂ ਲੈਫਟ ਕਰਨਾ ਵਾ ਮੇਨ ਰੋਡ ਚੱਲ ਰਹੀ ਹੈ ਉੱਥੇ ਕੋਈ ਸਟਾਪ ਨਹੀਂ ਹੈਗਾ ਉੱਥੇ ਕੋਈ ਲਾਈਟ ਨਹੀਂ ਹੈਗੀ ਇਹ ਬਿਕਮਸ ਓਵਰ ਟਾਈਮ ਇਸ ਕੋਨੇ ਬਿਕਮ ਈਵਨ ਵਰਸਟ ਕਿਉਂਕਿ ਤੁਹਾਨੂੰ ਦੱਸਦੇ ਹਾਂ ਸ਼ਾਇਦ ਪਤਾ ਹੋਵੇ ਬੋਮਾਂਟ ਇਜ਼ ਦ 5th ਫਾਸਟੈਸਟ ਗਰੋਇੰਗ ਕਮਿਊਨਿਟੀ ਇਨ ਕੈਨੇਡਾ ਨਾਟ ਜਸਟ ਅਲਬਰਟਾ ਇਨ ਕੈਨੇਡਾ ਸੋ ਉਹ ਪਾਪੂਲੇਸ਼ਨ ਗਰੋਥ ਹੋ ਰਹੀ ਹੈ ਉਹਨੂੰ ਸਰਵਿਸਿਜ਼ ਚਾਹੀਦੀਆਂ ਨੇ ਦੂਜੀਆਂ ਕਮਿਊਨਿਟੀਜ਼ ਦੇ ਨਾਲ ਚਾਹੇ ਉਹ ਐਡਮਿੰਟਨ ਹੋਵੇ ਚਾਹੇ ਲੱਡੂਕ ਹੋਵੇ ਉਹਨਾਂ ਨਾਲ ਕੋਲੈਬੋਰੇਸ਼ਨ ਕਰਕੇ ਸਾਨੂੰ ਉਹ ਸਰਵਿਸਿਜ਼ ਪ੍ਰੋਵਾਈਡ ਕਰਨੀਆਂ ਪੈਣੀਆਂ ਨੇ ਉਹਦਾ ਇਨਫਰਾਸਟ੍ਰਕਚਰ ਇਕਨੋਮਿਕ ਡਿਵੈਲਪਮੈਂਟ ਦੇ ਨਾਲ ਨਾਲ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਵਧਾਉਣਾ ਪੈਣਾ ਤਾਂ ਕਿ ਰੈਜ਼ੀਡੈਂਟਸ ਉੱਥੇ ਰਹਿਣ ਉਹ ਹਜੇ ਵੀ ਮੰਨ ਲਓ ਟਾਪ 5th ਹੀ ਰਹੇ ਉੱਥੋਂ ਲੋਕ ਛੱਡ ਕੇ ਪਰੇ ਨਾ ਜਾਣ ਜਾਂ ਕਹਿ ਨਾ ਦੇਣ ਔਖਾ ਬਹੁਤ ਆ ਜਾਣਾ ਔਖਾ ਟ੍ਰੈਫਿਕ ਆ ਜਾਂ ਸਾਡੇ ਬੱਚੇ ਨਹੀਂ ਗੱਡੀ ਚਲਾ ਸਕਦੇ ਜਾਂ ਸਾਡੇ ਬਜ਼ੁਰਗ ਨਹੀਂ ਗੱਡੀ ਚਲਾ ਸਕਦੇ ਉਹ ਚੀਜ਼ਾਂ ਬਿਲਕੁਲ ਧਿਆਨ 'ਚ ਰੱਖ ਕੇ ਹੀ ਮੈਂ ਇਸ ਅੱਗੇ ਆਇਆ ਤਾਂ ਕਿ ਉਹ ਚੀਜ਼ਾਂ ਥੋੜ੍ਹੀਆਂ ਕਲੀਅਰ ਕਰ ਸਕੀਏ ਕਿਉਂਕਿ ਜੇ ਮੈਂ ਉੱਥੇ ਰਹਿਣਾ ਚਾਹੁੰਦਾ ਹੁਣ ਜੀ ਕਰਦਾ ਵੀ ਉੱਥੋਂ ਛੱਡ ਕੇ ਚਲੇ ਜਾਈਏ ਕਿਉਂਕਿ ਇਹ ਸਰਵਿਸ ਨਹੀਂ ਮਿਲ ਰਹੀਆਂ ਮੈਂ ਨਹੀਂ ਚਾਹੁੰਦਾ ਵੀ ਇਹ ਗੱਲ ਹੋਵੇ ਆਉਂਦੇ ਅਗਲੇ 4-5-7 ਸਾਲਾਂ ਤੱਕ ਜੀ ਬਿਲਕੁਲ ਹਾਂਜੀ ਕਿਉਂਕਿ ਬੂਮਾਟ ਅਗਰ ਦੇਖਦੇ ਆ ਦੋਸਤੋ ਬਹੁਤ ਖੂਬਸੂਰਤ ਇੱਕ ਜਿਹੜੀ ਹੈਗੀ ਹੈ ਉਹ ਆਪਾਂ ਕਹਿ ਦਿੰਦੇ ਕਮਿਊਨਿਟੀ ਦੀ ਗੱਲ ਕਰ ਲਈਏ ਜਾਂ ਸਿਟੀ ਦੀ ਗੱਲ ਕਰ ਲਈਏ ਏਰੀਆ ਦੀ ਗੱਲ ਕਰ ਲਈਏ ਜਦੋਂ ਅਸੀਂ ਐਂਟਰੀ ਕਰਦੇ ਹਾਂ ਤਾਂ ਇਸ ਖੂਬਸੂਰਤੀ ਨੂੰ ਹੋਰ ਵੱਧ ਖੂਬਸੂਰਤ ਬਣਾਉਣ ਦੇ ਲਈ ਤੁਹਾਨੂੰ ਇੱਕ ਸੂਝਵਾਨ ਜਿਹੜੇ ਹੈਗੇ ਨੇ ਜਿਹੜੇ ਵੀ ਤੁਹਾਡੇ ਕੈਂਡੀਡੇਟਸ ਨੇ ਉਹਨਾਂ ਨੂੰ ਸਿਲੈਕਟ ਕਰਕੇ ਜਿਹੜੀ ਹੈਗੀ ਆ ਉਹਨਾਂ ਨੂੰ ਅੱਗੇ ਕਾਉਂਸਲ 'ਤੇ ਜਾਂ ਮੇਅਰ ਦੀ ਸਟੇਜ 'ਤੇ ਜਿੱਥੇ ਵੀ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ ਉਹਨਾਂ ਨੂੰ ਪ੍ਰੋਪਰ ਧਿਆਨ ਦੇ ਨਾਲ ਵੋਟ ਪਾਓ ਆਉਣ ਵਾਲੇ ਟਾਈਮ ਦੇ ਵਿੱਚ ਡੇਟਸ ਜਿਹੜੀਆਂ ਹੈਗੀਆਂ ਨੇ ਅਲੱਗ ਅਲੱਗ ਨੇ ਉਹ ਤੁਸੀਂ ਬੇਸ਼ੱਕ ਸਰਚ ਕਰਕੇ ਆਪਣੀ ਪਹਿਲਾਂ ਹੀ ਕਿਉਂਕਿ ਹਰ ਇੱਕ ਬੰਦਾ ਕਿਸੇ ਨਾ ਕਿਸੇ ਢੰਗ ਦੇ ਨਾਲ ਬਿਜ਼ੀ ਹੁੰਦਾ ਆਪਣੇ ਮੁਤਾਬਿਕ ਪਹਿਲਾਂ ਇੱਕ ਕੈਂਡੀਡੇਟ ਦੇ ਬਾਰੇ ਜਾਣਕਾਰੀ ਲੈ ਕੇ ਬਹੁਤ ਵਧੀਆ ਗੱਲ ਹੁੰਦੀ ਹੈ ਕਿ ਅਸੀਂ ਉਹਨੂੰ ਸਰਚ ਕਰਕੇ 4 ਬੰਦਿਆਂ ਦੀ ਜਗ੍ਹਾ ਉਸ ਦੇ ਨਾਲ ਡਾਇਰੈਕਟ ਮਿਲ ਕੇ ਗੱਲ ਕਰਕੇ ਜਿਹੜੀ ਹੈਗੀ ਅਸੀਂ ਆਪਣਾ ਡਿਸੀਜ਼ਨ ਲਈਏ ਤਾਂ ਉਹਦੇ ਲਈ ਬਹੁਤ ਉਹ ਇੱਕ ਥੋੜ੍ਹੀ ਜਿਹੀ ਸਾਡੀ ਵਧੀਆ ਇੱਕ ਪੋਜ਼ਿਟਿਵ ਪੁਆਇੰਟ ਹੁੰਦਾ ਤਾਂ ਨੈਮ ਭਾਅ ਜੀ ਪ੍ਰੋਗਰਾਮ ਦੇ ਲਾਸਟ 'ਤੇ ਵੀ ਸਾਡੇ ਦਰਸ਼ਕਾਂ ਨੂੰ ਸਾਡੇ ਜਿਹੜੇ ਵਿਊਅਰਸ ਨੇ ਜਾਂ ਜਿਹੜੇ ਜਿੱਦਾਂ ਤੁਸੀਂ ਕਹਿ ਦਿੰਦੇ ਵੀ ਸਾਡੇ ਲੋਕ ਨੇ ਜਿਹੜੇ ਤੁਹਾਨੂੰ ਵੋਟ ਪਾਉਣ ਜਾਂ ਪਾਉਣਾ ਚਾਹੁੰਦੇ ਨੇ ਜਾਂ ਜਿਹੜੇ ਪਾਉਣਗੇ ਆਉਣ ਵਾਲੇ ਸਮੇਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਤਾਂ ਇਹੀ ਆ ਹਨੀ ਭਾਅ ਜੀ ਪਹਿਲਾਂ ਤਾਂ ਥੈਂਕ ਯੂ ਵੈਰੀ ਮੱਚ ਫੋਰ ਹੈਵਿੰਗ ਮੀ ਔਨ ਹੀਅਰ ਗਿਵਿੰਗ ਮੀ ਦ ਪਲੈਟਫਾਰਮ ਮੈਂ ਪਹਿਲਾਂ ਵੀ ਜਦੋਂ ਆਪਾਂ ਮਿਲਦੇ ਰਹੇ ਕਰਦੇ ਹਾਂ ਮੇਰਾ ਕੀ ਹੈਗਾ ਅਸੂਲ ਵੀ ਮੈਂ ਐਕਸੈਸੇਬਲ ਹਾਂ ਜੀ ਆਈ ਐਮ ਐਕਸੈਸੇਬਲ ਯੂ ਜਸਟ ਕਾਲ ਮੀ ਟੈਕਸਟ ਮੀ ਈਮੇਲ ਮੀ ਉਹ ਅਵੇਲੇਬਲ ਹੈ ਆਪਣਾ ਆਫਿਸ ਬਣਿਆ ਹੋਇਆ ਐਟ 6102 30th ਐਵਨਿਊ ਇਨ ਬੋਮਾਂਟ ਡਾਇਰੈਕਟ ਫੋਨ ਨੰਬਰ ਹੈ ਮੇਰਾ 7802671300 ਆਪਣੀ ਵੈਬਸਾਈਟ ਬਣ ਗਈ ਹੋਈ ਆ 16 ਕਾਉਂਸਲਰਸ ਉੱਥੋਂ ਨੋਮੀਨੇਟਡ ਨੇ 15 ਅਤੇ ਵੈਬਸਾਈਟ ਆਪਣੀ ਬਕਾਇਦਾ ਬਣੀ ਹੋਈ ਆ ਫੇਸਬੁੱਕ ਪੇਜ ਬਣਿਆ ਉਹਦੇ 'ਤੇ ਸਾਰੀ ਇਨਫੋਰਮੇਸ਼ਨ ਮੇਰੇ ਪਲੈਟਫਾਰਮ ਬਾਰੇ ਮੇਰੇ ਐਕਸਪੀਰੀਅੰਸ ਬਾਰੇ ਮੇਰੀ ਜੋ ਬੈਕਗਰਾਊਂਡ ਹੈ ਉਹਦੇ ਬਾਰੇ ਸਾਰੀ ਉੱਥੇ ਹੈ ਤੁਸੀਂ ਸਰਚ ਕਰੋ ਦੇਖੋ ਵੋਟ ਪਾਉਣ ਦਾ ਹੱਕ ਬਹੁਤ ਔਖਾ ਮਿਲਦਾ ਕਈ ਕੰਟਰੀਆਂ ਦੇ ਵਿੱਚ ਸਿਟੀਆਂ ਦੇ ਵਿੱਚ ਇਹ ਨਹੀਂ ਹੈਗਾ ਹੱਕ ਤੁਹਾਡੇ ਕੋਲ ਇਹ ਹੱਕ ਹੈ ਇਹਨੂੰ ਅਜ਼ਮਾਓ
ਚੁਣੋ ਤਾਂ ਕਿ ਤੁਹਾਡੇ ਆਉਣ ਵਾਲੀਆਂ ਪੀੜ੍ਹੀਆਂ, ਤੁਹਾਡੀ ਆਉਣ ਵਾਲੀ ਜਨਰੇਸ਼ਨ, ਤੁਹਾਡਾ ਆਪਦਾ ਆਉਣ ਵਾਲਾ ਟਾਈਮ ਇੱਥੇ ਵਧੀਆ ਬੀਤ ਸਕੇ ਤਾਂ ਕਿ ਵਧੀਆ ਕੰਮ ਹੋ ਸਕਣ। ਰਾਈਟ ਜੀ, ਬਹੁਤ ਬਹੁਤ ਤੁਹਾਨੂੰ ਜੀ ਅਸੀਂ ਇਹੀ ਦੁਆਵਾਂ ਦਿੰਦੇ ਹਾਂ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜਿਹੜੇ ਹੈਗੇ ਨੇ, ਅਗਰ ਤੁਸੀਂ ਸਿਲੈਕਟ ਹੋ ਜਾਂਦੇ ਹੋ ਤਾਂ ਸਾਡੀ ਜਿਹੜੀ ਹੈਗੀ ਹੈ ਬੂਮਾਂਟ ਕਮਿਊਨਿਟੀ ਦੇ ਲਈ ਬਹੁਤ ਕੁਛ ਅੱਗੇ ਕਰ ਸਕੋ। ਬਹੁਤ ਬਹੁਤ ਧੰਨਵਾਦ ਤੁਹਾਡਾ। ਤਾਂ ਦੋਸਤੋ, ਸਾਡੇ ਹੋਰ ਵੀ ਇੱਦਾਂ ਦੇ ਸ਼ੋਅਜ਼ ਦੇਖਣ ਦੇ ਲਈ ਹਨੀ ਵਾਲੀਆਂ ਸ਼ੋਅਜ਼ ਨੂੰ ਤੁਸੀਂ ਲਾਈਕ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ, ਵੱਧ ਤੋਂ ਵੱਧ ਦੋਸਤਾਂ ਤੱਕ ਪਹੁੰਚਾ ਸਕਦੇ ਹੋ। ਨੈਮ ਕੁਲਾਰ ਜੀ ਦਾ ਜਿਹੜਾ ਸ਼ੋਅ ਹੈਗਾ, ਅਗਰ ਤੁਸੀਂ ਚਾਹੁੰਦੇ ਹੋ ਇਹਨਾਂ ਦੇ ਨਾਲ ਮਿਲਣਾ ਚਾਹੁੰਦੇ ਹੋ, ਇਹਨਾਂ ਦੇ ਫੋਨ ਨੰਬਰ ਵੀ ਸਕਰੀਨ ਦੇ ਉੱਤੇ ਜਿਹੜਾ ਹੈਗਾ ਇਹਨਾਂ ਨੇ ਬੋਲ ਦਿੱਤਾ ਹੈਗਾ। ਇਸ ਤੋਂ ਇਲਾਵਾ ਇਹਨਾਂ ਦੀ ਵੈਬਸਾਈਟ ਜਾਂ ਇਹਨਾਂ ਦੇ ਆਫਿਸ ਦੇ ਵਿੱਚ ਜਾ ਕੇ ਜਿਹੜਾ ਹੈਗਾ ਇੱਕ ਦਫਾ ਜਾਣਕਾਰੀ ਜ਼ਰੂਰ ਸਾਂਝੀ ਕਰ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦਾ ਸਫ਼ਰ ਇੱਥੇ ਖਤਮ ਕਰਦੇ ਹਾਂ। ਹੁਣ ਆਪਣੇ ਹਨੀ ਵਾਲੇ ਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।